ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਸ਼ਹਿਰ 'ਚ ਦਿਨ ਬ ਦਿਨ ਕੁੱਤਿਆਂ ਦਾ ਆਤੰਕ ਵੱਧਦਾ ਹੀ ਜਾ ਰਿਹਾ ਹੈ। ਕੁੱਤਿਆਂ ਦੇ ਕਾਰਨ ਲੋਕਾਂ ਨੂੰ ਦੇਰ ਰਾਤ ਘਰਾਂ 'ਚੋਂ ਨਿਕਲਣਾ ਵੀ ਔਖਾ ਹੋ ਗਿਆ ਹੈ। ਦੀਨਾਨਗਰ ਦੇ ਪਿੰਡਾਂ 'ਚ ਅਵਾਰਾ ਕੁੱਤਿਆਂ ਦੇ ਕਾਰਨ ਦਹਿਸ਼ਤ ਭਰਿਆ ਮਾਹੌਲ ਹੈ ਅਤੇ ਪਿੰਡ ਵਾਸੀ ਰਾਤ ਸਮੇਂ ਆਪਣੇ ਘਰਾਂ 'ਚੋਂ ਬਾਹਰ ਨਹੀਂ ਨਿਕਲਦੇ। ਲੋਕਾਂ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਤੋਂ ਕੁੱਤਿਆਂ ਦੀ ਗਿਣਤੀ 'ਚ ਕਾਫ਼ੀ ਵਾਧਾ ਹੋ ਗਿਆ ਹੈ। ਪਿਛਲੇ 4-5 ਦਿਨਾਂ 'ਚ ਕੁੱਤਿਆਂ ਨੇ ਪਿੰਡ ਦੀਆਂ ਔਰਤਾਂ ਦੇ ਨਾਲ ਨਾਲ ਪਸ਼ੂਆਂ ਨੂੰ ਵੀ ਵੱਢਿਆ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਵਾਰਾ ਕੁੱਤਿਆਂ ਨੂੰ ਫੜਿਆ ਜਾਵੇ ਤਾਂ ਜੋ ਕਿਸੇ ਵੱਡੀ ਘਟਨਾ ਨੂੰ ਹੋਣ ਤੋਂ ਰੋਕਿਆ ਜਾ ਸਕੇ। ਤੇ ਬੱਚਿਆਂ ਨੂੰ ਵੀ ਹੈ, ਜਾਨਵਰਾਂ ਨੂੰ ਵੀ ਹੈ, ਬੰਦਿਆਂ ਨੂੰ ਸਭ ਨੂੰ ਹੀ ਹੈ। ਜਦੋਂ ਆਉਂਦੇ ਆ ਇਹਨਾਂ ਨੂੰ ਕੁੱਤੇ ਬਹੁਤ ਵਾਰ ਪਏ ਆ, ਵੋਟੀ ਨੂੰ ਕੱਲ ਪਰਸੋਂ ਹੀ ਅਜੇ ਪਏ ਨੇ, ਬੱਚਿਆਂ ਨੂੰ ਸ਼ਾਮੀ ਪਏ ਆ। ਅੱਜ ਤੁਹਾਡੇ ਸਾਹਮਣੇ ਹੀ ਆ ਫੋਟੋ ਜਿਹੜੀ ਦਿੱਤੀ ਹੈ। ਕੁੱਤੇ ਨੇ ਨਾ ਇੱਕ ਬੱਚੀ ਖਾਧੀ ਆ, ਸਾਡੇ ਸਾਹਮਣੇ ਦੀ ਗੱਲ ਆ, ਉੱਥੇ ਕੰਧ ਟੱਪ ਕੇ ਨੱਚੀ। ਉੱਧਰ 3-4 ਹੋਰ ਵੀ ਹੈਗੇ ਪਿੰਡ 'ਚ, ਪਰ ਉਹ ਦੂਰ ਹੈ, ਉਹਨਾਂ ਦੇ ਵੀ ਜਾਨਵਰ ਖਾਧੇ, ਇੱਕ ਬੱਕਰੀ ਖਾਧੀ, ਇੱਕ ਕੱਟੀ, ਇੱਕ ਬੱਚੀ ਹੋਰ ਖਾਧੀ ਆ ਉਹਨਾਂ ਨੇ। ਕਾਫੀ ਜਲਕੀ ਇਹ ਕਹਿ ਗਾਈਆਂ ਇੱਥੇ, ਇਹਦੇ ਵੀ ਕੰਨ ਖਾ ਗਏ ਉਹ ਦਿਨ, ਉਹ ਤੇ ਇਹਨਾਂ ਨੇ ਦੇਖ ਲਿਆ ਇੱਕਦਮ। ਬੱਚੇ ਅਸੀਂ ਸੜਕ 'ਚ ਬਾਹਰ ਹੀ ਨੀ ਕੱਢਦੇ ਉਹਨਾਂ ਨੂੰ, ਕੀ ਪਤਾ ਕਦੋਂ ਆਏ ਨਾ, ਖੁੱਲੇ ਤੇ ਹੈਗੇ ਪੈਲੀਆਂ ਬੰਨੇ ਇੱਧਰ ਸਾਰੇ, ਤੇ ਇਹਨਾਂ ਦਾ ਅਸੀਂ ਕੀ ਕਰੀਏ, ਕੋਈ ਦਿੱਕਤ ਹੈ ਸਾਨੂੰ, ਘਰੇ ਡਰੇ ਹੋਏ ਇਸ ਟਾਈਮ। ਬਾਹਰ ਹੁੰਦਾ ਕੋਈ ਵਿਹੜੇ 'ਚ, ਆਖਿਰ ਹੁਣ ਚੱਲ ਜਾਂਦੀ ਪਿੰਡ 'ਚ, ਤੁਹਾਨੂੰ ਪਤਾ ਜ਼ਿਆਦਾਤਰ ਲਾਈਟ ਬੰਦ ਹੀ ਰਹਿੰਦੀ ਹੈ, ਤੇ ਬੱਚੇ ਲੈ ਕੇ ਬਾਹਰ ਸੌਣਾ ਤੇ ਬੜੀ ਮੁਸ਼ਕਲ ਆ। ਵੈਸੇ ਸਾਰੇ ਬੱਚੇ ਵੀ ਡਰਦੇ ਤੇ ਆਪ ਵੀ ਅਸੀਂ ਡਰਦੇ, ਕਈਆਂ ਦੀਆਂ ਚਾਰ ਦੁਆਰੀਆਂ ਨਹੀਂ ਵੀ ਕਈਆਂ ਹੋ ਸਕਦੀਆਂ, ਉਹਨਾਂ ਨੂੰ ਵੀ ਖਤਰਾ ਕਿ ਸਾਡੇ ਡੰਗਰ ਵੀ ਕੁੱਤੇ ਖਾ ਨਾ ਜਾਣ, ਤੇ ਜਿੱਦਾਂ ਪਿੰਡ 'ਚ ਵੀ ਹਮਲਾ ਹੋ ਗਿਆ ਵੀ 5-7 ਡੰਗਰ ਖਾਧੇ ਨੇ। ਕੁੱਤੇ ਜਿਹੜੇ ਆ ਇਹ ਜਾਨਵਰਾਂ ਨੂੰ ਵੀ ਤੰਗ ਕਰਦੇ ਆ ਤੇ ਬੰਦਿਆਂ ਨੂੰ ਵੀ ਤੰਗ ਕਰਦੇ ਆ। ਜਾਨਵਰ ਐਵਰੀ ਬੋਟੀ ਗਈ ਬਾਹਰ, ਇਹਨੂੰ ਪੈ ਗਏ ਉੱਥੇ ਮੁਸ਼ਕਲ ਨਾਲ ਛਡਾ ਕੇ ਲਿਆਂਦੇ, ਤੇ ਹੁਣ ਕੱਲ੍ਹ ਰਾਤ ਮੈਂ ਐਡੀ ਅਵਾਰਾ ਕੁੱਤੇ ਹੀ ਬੰਦ, ਬੇਲੀ ਬੰਦ ਸੀ, ਕੰਧ ਤੋਂ ਦੀ ਟੱਪ ਕੇ ਉਹ ਬੱਚੀ ਸਾਡੀ ਖਾ ਗਏ ਸਨ, ਤੇ ਅਸੀਂ ਉਹ ਉੱਧਰ ਜੱਟ ਦੀ ਕੱਟੀ ਖਾ ਗਏ, ਇੱਕ ਬੱਕਰੀ ਖਾ ਗਏ, ਇੱਕ ਦੀ ਗਾਈ ਨੂੰ ਖਾ ਗਏ, ਤੇ ਇਹਨਾਂ ਦਾ ਹੱਲ ਹੋਣਾ ਚਾਹੀਦਾ ਅਵਾਰਾ ਕੁੱਤਿਆਂ ਦਾ, ਦੇ ਬੱਚੇ ਬਾਹਰ ਨਹੀਂ ਨਿਕਲਣ ਦੇ, ਇਸ ਕਰਕੇ ਆਨੇ ਆ ਵੀ ਬੱਚਿਆਂ ਨੂੰ ਨਾ ਕਿਤੇ ਪੈ ਜਾਣ। ਉਹਦੇ ਇਸ ਮਾਮਲੇ 'ਚ ਮਿਊਂਸੀਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਮੱਸਿਆ ਦਾ ਪ੍ਰਸ਼ਾਸਨ ਵੱਲੋਂ ਜਲਦ ਹੀ ਹੱਲ ਕੀਤਾ ਜਾਵੇਗਾ। ਗੁਰਦਾਸਪੁਰ ਤੋਂ ਸੁਖਵੀਰ ਸਿੰਘ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ, ਸਪੈਸ਼ਲ ਸਟੋਰੀਜ਼, ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।